ਜਦਾਲ ਦੋਸਤੋ ਤੀ ਹਾਲ ਚਾਲ ਮੇਰੇ ਭਰਾਵੋ ਤੇ ਯਾਰ ਤੁਹਾਡਾ ਸਾਰਿਆਂ ਦਾ ਤੰਦੂਲ ਦੇ ਸਵਾਗਤ ਹੈ ਫਿਰ ਤੋਂ ਨਿਊ ਵਲੋਗ ਲੈ ਕੇ ਆ ਰਹੇ ਜੇ ਯਾਰ ਆਪਾਂ ਸਿੱਧਾ ਸ਼ੁਰੂਆਤ ਕਰਨ ਲੱਗਿਆ ਟ੍ਰੇਨ ਤੋਂ ਤੇ ਜਿਵੇਂ ਕਿ ਯਾਰ ਬਹੁਤ ਹੀ ਅਸੀਂ ਲੇਟ ਹੋ ਰਹੇ ਸੀ ਟ੍ਰੇਨ ਤੋਂ ਤੇ ਯਾਰ ਹੁਣ ਸਵੇਰ ਦੇ ਵੱਜਦੇ ਪਏ ਨੇ 6 ਵੱਜਦੇ ਨੇ ਤੇ 5 ਵਜੇ ਸਾਡੀ ਟ੍ਰੇਨ ਸੀ ਜੀ ਤੇ ਯਾਰ ਜਿਵੇਂ ਕਿ ਅਸੀਂ ਹੁਣ ਚੱਲੇ ਹਾਂ ਜਿੱਥੇ ਲੁਧਿਆਣੇ ਤੇ ਯਾਰ ਉਸ ਤੋਂ ਬਾਅਦ ਢੋਲ ਟ੍ਰੇਨ ਫੜਾਂਗੇ ਹਨਾ ਤੇ ਲੋ ਜੀ ਕਹਿੰਦੇ ਸੁੱਤੇ ਹੋਏ ਨੇ ਪੂਰੀ ਆਨਲਾਈਨ ਚਲਾਈਏ ਕਹਿੰਦੇ ਜੀ ਸੁੱਤੇ ਹੋਏ ਥੋੜੀ ਰਹਿ ਰਹਿ ਮੈਂ ਕਿਹਾ ਟਿਕਟ ਵਿਖਾ ਪਹਿਲਾਂ ਤੂੰ ਚੈੱਕ ਕਰਾ ਲੈ ਚੈੱਕ ਕਰ ਲੈ ਯਾਰ ਆਪਾਂ ਤਾਂ ਫਈਏ ਕਿੱਥੇ ਪਈ ਹੈ ਹਾਲਾ ਤਾਲੂ ਮੈਂ ਆ ਜਾ ਭਰਾਵਾ ਬਸ ਕਰ ਇਹ ਜੇਬ 'ਚ ਕਿੰਨੇ ਪੈਸੇ ਨੇ ਜੇਬ ਮੈਂ ਨਹੀਂ ਹੈ ਦਾਂਦੀ 10 ਰਹੇ ਆ जे है दांदी उसके पीछे आंदी दस है ऑनलाइन टिकट है मिल तो टेंशन नहीं लानी है लो वधू नो जट रो पैसा पैसा ठीक है चल तो दी है मेरे को लगे कुछ नहीं है तू मेरे नाल दा ही है टेंशन ना ले कोई फड़ेगा कद्दू आगे कर देगा बीवी वाले नोट बना दी सारे ए ब्याह ते लुट ए लुटे होए से नहीं तू लुट के ले गया मैं लगदा तू लुट के लेके आया दे जी चेक करो जी टेंडे जी टेंडे जी बस चलो बस स्टैंड फोन है नी एवं बोर हो रहे हूं तेन याद आ रही है ट्रेन थड़ी हुई है मेरा भरा लैन दिया टोच लोई आप तो पई हुई है नाल ही आ रहा वापस न्यारा बनता बस पहुंचने वाले हैं लुधियाने स्टेशन ते जाते सीधा दिखावा ने टेंडे अंडरग्राउंड ब्रिज आ रहे हैं जी ते टेंडे जी होश करो इन्नी ज्यादा टेंडे पूरा न्यारा आ रहा जी टेंडे मौसम लिए यार आई होप असि लुधियाना स्टेशन पहुंच चुके हैं तो जी देख ही सकते हो जी टेंडे सवेरे सवेरे तो नजर ही नहीं आ रहा पहला ही उतर गया आई होप असि लुधियाना स्टेशन पहुंच चुके हैं मैनू खुशी है जैसे कि सवेरे सवेरे माहौल चेक करो जी लुधियाने का है ना व्यू भी चेक करो किन्ना वधिया बस लुधियाने
ਮੇਰਾ ਵੀ ਮਿੱਤਰ ਹੈ ਰਹਿੰਦੇ ਆਉਂਦਾ ਯਾਰ ਸਵੇਰੇ ਫੋਨ ਆਇਆ ਸੀ ਉਹ ਕਹਿੰਦਾ ਮੈਂ ਵੀ ਨਾਲ ਜਾਣਾ ਤੇ ਲਓ ਜੀ ਹੁਣ ਉਹ ਵੀ ਨਾ ਆਪਾਂ ਫੋਨ ਟਾਲ ਦਿੱਤਾ ਹੀ ਉਹ ਵੀ ਨਾਲ ਹੀ ਆਊਗਾ ਸਾਡੇ ਹਨਾ ਬਾਸ ਪਹੁੰਚੇ ਨਹੀਂ ਆਲਾ ਤੇ ਫਾਈਨਲੀ ਯਾਰ ਆਪਾਂ ਇਸ ਤੋਂ ਅਗਲੀ ਵੀ ਟ੍ਰੇਨ ਫੜਨੀ ਹੈ ਠੀਕ ਹੈ ਗਾਈਸ ਕਹਿੰਦੇ ਜੀ ਫਿਰੋਜ਼ਪੁਰ ਰਾਸ਼ਨ ਹੀ ਆਉਂਦਾ ਤੇ ਇੱਥੇ ਲੁਧਿਆਣੇ ਵੇਖੋ ਤਿੰਨਾਂ ਹੀ ਰਾਸ਼ੇ ਰਹਿੰਦੇ ਸਟੇਸ਼ਨ ਵੀ ਭਰਿਆ ਹੀ ਥੜਾ ਹੀ ਕਹਿੰਦੇ ਬਸ ਨਿਆਰਾ ਆ ਹੀ ਆਉਂਦਾ ਰਹਿੰਦੇ ਜੀ ਤੁਸੀਂ ਦੇ ਵੀ ਸਕਦੇ ਹੋ ਜੀ ਨਾਲ ਨਾਲ ਜੁੜੇ ਰਹਿਣਾ ਤੇ ਲਾਈਕ ਤੇ ਸ਼ੇਅਰ ਭਰਾਵੋ ਖਿੱਚਦੇ ਰਹਿਣਾ ਯਾਰ ਅਸੀਂ ਟ੍ਰੇਨ ਦਾ ਵੀ ਵੇਟ ਕਰਦੇ ਪਏ ਹਾਂ ਪੰਜ ਦਸ ਮਿੰਟ ਹੋਰ ਹੈ ਅਤੇ ਬਸ ਆਉਣ ਹੀ ਵਾਲੀ ਆ ਅਤੇ ਕਹਿੰਦੇ ਬਸ ਤੁਸੀਂ ਦੇ ਜੀ ਸਕਦੇ ਸਰਹੰਦ ਜਾਣਾ ਹੈ ਅਤੇ ਲੁਧਿਆਣੇ ਤੋਂ ਸਿੱਧਾ ਸਰਹੰਦ ਇੱਥੋਂ ਟੋਲ ਟ੍ਰੇਨ ਫੜਨੀ ਪੈਂਦੀ ਹੈ ਸਿੱਧੀ ਨਹੀਂ ਜਾਂਦੀ ਅਤੇ ਲਓ ਜੀ ਬਸ ਕੱਦੂ ਭੁੱਖ ਲੱਗੀ ਸੀ ਤੈਨੂੰ ਰਸ਼ ਬਹੁਤ ਹੈ ਜੀ ਟ੍ਰੇਨ ਆ ਗਈ ਫਾਈਨਲੀ ਕੱਦੂ ਆ ਗਿਆ ਜੀ ਆ ਗਿਆ ਬਹਿਓ ਬਹਿਓ ਅੱਗੇ ਅੱਗੇ ਬਸ ਅਸੀਂ ਜਦੋਂ ਉੱਥੇ ਪਹੁੰਚ ਜਾਂਦੇ ਜੀ ਬੰਦੇ ਵਾਲਦੇ ਵਾਲੀ ਟ੍ਰੇਨ ਤੇ ਜਾ ਰਿਹਾ ਜੀ ਤੇ ਕਹਿੰਦੇ 15 ਸਵੀਟ ਚੱਲੀ ਆ ਦੇ ਜੀ ਤੁਸੀਂ ਟ੍ਰੇਨ ਵੀ ਬਹੁਤ ਆ ਹੋਟਲ ਵੀ ਨਾਲ ਹੀ ਵਜਾ ਦਾ ਉਹਨਾਂ ਨੂੰ ਪਤਾ ਲੱਗ ਜਾ ਮੈਨੂੰ ਉੱਧਰ ਬੈਠਾ ਪਿੱਛੇ ਬਾਲ ਥਲੋਤੇ ਨਾਲ ਆਪਣੀ ਹੋ ਰਹੀ ਆ ਫੋਟੋ ਸ਼ੂਟਿੰਗ ਤੇ ਰਹਿੰਦੇ ਟ੍ਰੇਨ ਇੱਧਰ ਹੀ ਲੱਗਦੀ ਆ ਪਲੇਟਫਾਰਮ ਤੇ ਤੁਸੀਂ ਡੇਟ ਹੀ ਸੱਦੇ ਹੋ ਜੀ ਤੇ ਲਓ ਜੀ ਕਹਿੰਦੇ ਅਸੀਂ ਬਾਲ ਥਲੋਤੇ ਹੋਏ ਸੀ ਹੁਣ ਟ੍ਰੇਨ ਚੱਲ ਪਈ ਆ ਫਾਈਨਲੀ ਸਟੇਸ਼ਨ ਦਾ ਅਸੀਂ ਨਾਮ ਨਹੀਂ ਪਾਲ ਸਕਦੇ ਹਨਾ ਡਰਾਇਆ ਤੇ ਯਾਰ ਸਟੇਸ਼ਨ ਦਾ ਅਸੀਂ ਟੱਪ ਚੁੱਕੇ ਕਹਿੰਦੇ ਫਾਈਨਲੀ ਮਿਲ ਸਕਦੇ ਹੋ ਜੀ ਤੇ ਬਸ ਤੁਰੀ ਜਾਂਦੇ ਸਿੱਧਾ ਅਸੀਂ ਗੁਰਦੁਆਰਾ ਸਾਹਿਬ ਵੀ ਜਾ ਕੇ ਦਿਖਾਵਾਂਗੇ ਜੀ ਜੀ ਮੁੰਡੇ ਦਾਦੇ ਕਹਿੰਦੇ ਰੁੱਟਣੀ ਹੈ ਟ੍ਰੇਨ ਆ ਰੋਤਰੀ ਜੀ ਪਹੁੰਚਦੇ ਫਾਈਨਲੀ ਆਪਾਂ ਸਰਹੰਦ ਉੱਥੇ ਪਾਣਾ ਸੀ ਅੰਗਰੇਜ਼ ਅਦੇ ਨਾਨੂ ਵੀ ਦਾ ਗੇਮ ਤੇ ਲੱਗਾ ਗਿਆ ਚਲੋ ਚਲੀਏ ਫਾਈਨਲੀ ਆਪਾਂ ਯਾਰ ਸਰਹੰਦ ਪਹੁੰਚ ਚੁੱਕੇ ਹਾਂ ਤੇ ਯਾਰ ਹੁਣ ਆਪਾਂ ਚੱਲੇ ਹਾਂ ਹਨਾ ਨਾਨੂ ਵੀ ਦੇ ਚੱਲ ਯਾਰ ਗੁਰਦੁਆਰਾ ਸਾਹਿਬ ਹੀ ਜਾ ਕੇ ਤੁਹਾਨੂੰ ਅਸੀਂ ਦਰਸ਼ਨ ਦਿਖਾਵਾਂਗੇ ਫਿਲਹਾਲ ਯਾਰ ਸ਼ਹੀਦੀ ਦਿਹਾੜੇ ਚੱਲਦੇ ਪਏ ਨੇ ਤੇ ਉੱਥੇ ਜਾ ਕੇ ਦਿਖਾਵਾਂਗੇ ਤੇ ਨਾਲ ਨਾਲ ਜੁੜੇ ਰਹਿਣਾ ਮੇਰੇ ਭਰਾਵੋ ਸੰਗਤ ਉੱਧਰ ਹੀ ਚੱਲੀ ਆ ਤੁਸੀਂ ਦੇ ਅਸੀਂ ਸੱਦਿਓ ਜੀ ਕਿੰਨੀ ਜ਼ਿਆਦਾ ਸੰਗਤ ਹੈ ਜੀ ਤੇ ਨਾਲ ਨਾਲ ਜੁੜੇ ਰਹਿਣਾ ਮੇਰੇ ਭਰਾਵੋ ਤੇ ਕਹਿੰਦੇ ਆ ਹੈਂਡ ਵਾਸ਼ ਵੀ ਦਿੱਤਾ ਹੋਇਆ ਦਸਤਾਨ ਲੈਣੀ ਹੈ ਜੀ ਬਲੈਕ ਕਲਰ ਦੀ ਪੰਨਾ ਤੇ ਆ ਵੇਖਦੇ ਆ ਕੱਦੂ ਪੌਣੀ ਕਰਾ ਰਿਹਾ ਆਪਾਂ ਸਿੱਧਾ ਉੱਥੇ ਜਾ ਕੇ ਦਿਖਾਣਾ ਹੁਣ ਤੋਈ ਕਲਿੱਪ ਨਹੀਂ ਆਣੀ ਤੋਈ ਟੋਚ ਨਹੀਂ ਆਣਾ ਠੀਕ ਹੈ ਨਾ ਯਾਰ ਹਨਾ ਉੱਥੇ ਠੀਕ ਹੈ ਜੀ ਪਹੁੰਚ ਹੀ ਰਹੇ ਆ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਗੁਰਦੁਆਰਾ ਅਸੀਂ ਪਹੁੰਚ ਹੀ ਰਹੇ ਆ ਜੀ ਹਾਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਸੰਦਰ ਵੇਖ ਹੀ ਸਕਦੇ ਹੋ ਜੀ ਤੁਸੀਂ ਕਿੰਨੀ ਜ਼ਿਆਦਾ ਸੰਦਰ ਹੈ ਜੀ ਫਰੂਟ ਲਿੱਤੀ ਸੀ ਤੁਸੀਂ ਵੇਖ ਹੀ ਸਕਦੇ ਹੋ ਜੀ
ਤੇ ਬਸ ਅਸੀਂ ਟੁਰੀ ਜਾ ਰਹੇ ਤੁਹਾਨੂੰ ਹੁਣ ਅਸੀਂ ਗੁਰਦੁਆਰੇ ਸਾਹਿਬ ਜੀ ਦੇ ਦਰਸ਼ਨ ਕਰਾਉਂਦੇ ਹਾਂ ਜੀ ਲਾਈਏ 10 ਮਿੰਟ ਚਲੋ ਜੀ ਕੀ ਕਰਨਾ ਕਰੀ ਜਾਂਦੇ ਸਾਰਾ ਥੱਡੇ ਹੋ ਜੀ साहिब असी पहुंच ही गए हैं जी ते तुसी पानी तक निकलो कैंडी पोल्स की क्वालिटी भी बहुत ज्यादा तेज है जी ते तुसी देख ही सकते हो जी इतनी रुक जा आ तो दे जी इंटरेस्ट कर लेती है जी हां जुड़े रहो देख ही सकते हो जी तुम सीधा अंदर जाते दिखावे जी गुरुद्वारा साहब जी की इमानत देख ही सकते हो जी तुम चिंता ਸੰਦਰ ਬਹੁਤ ਜ਼ਿਆਦਾ ਸੀ ਇਸ ਤਰ੍ਹਾਂ ਮੈਂ ਨਹੀਂ ਬਤਾ ਬੋਲ ਸਕਿਆ ਕਿਆ ਸਰੋਵਰ ਹੈ ਇਹ ਦੇਖ ਹੀ ਸਕਦੇ ਹੋ ਜੀ ਦੇਖੋ ਜੀ ਤੇ ਸੰਦਰ ਬਹੁਤ ਜ਼ਿਆਦਾ ਸੀ ਜੀ ਯਾਰ ਆਪਾਂ ਹੁਣ ਜੋੜੇ ਪਾਤੇ ਨੇ ਯਾਰ ਇਸੇ ਨਾਲ ਦਿੰਦੇ ਆਪਾਂ